ਬੜੀ ਸ਼ਾਨਦਾਰ ਤੇ ਬੜੀ ਆਲਾਤ ਸੀ ਨਜ਼ਮ ਲਿਖੀ ਤੇ ਬੜਾ ਤੁਸੀਂ ਵਾਕਿਆ ਵਾਕਿਆ ਦਾ ਕਾਸੀ ਕੀਤੀ ਤੇ ਤੁਸੀਂ ਇਸ ਦੋਸਤੀ ਦੇ ਉਨਵਾਨ ਚ ਆਖਿਆ ਕਿ ਲੋਕੋ ਵਖਰਾ ਤੋ ਕੋਈ ਨਾ ਮੇਰਾ ਦਿਲ ਰੁਬਾ ਤੇਰਾ ਰਤਬਾ ਵਧਾਇਆ ਹੈ ਮੇਰੀ ਦੋਸਤੀ ਇਸ ਨਜ਼ਮ ਦੇ ਜਿਵੇਂ ਤੁਸੀਂ ਉਨਵਾਨ ਚ ਆਖਿਆ ਕਿ ਤੇਰਾ ਰਤਬਾ ਵਧਾਇਆ ਹੈ ਮੇਰੀ ਦੋਸਤੀ ਤੇ ਸਾਡਾ ਵੀ ਅੱਜ ਇੰਜ ਸਮਝ ਲਓ ਕਿ ਰਤਬਾ ਵਧ ਗਿਆ ਤੁਹਾਡੇ ਨਾਲ ਬੈਠ ਕੇ ਤੇ ਤੁਸੀਂ ਬੜਾ ਆਲਾ ਲਿਖਦੇ ਹੋ ਬੇਸ਼ੱਕ ਇਸ ਵਿੱਚ ਕੋਈ ਸ਼ੱਕ ਕੋਈ ਨਹੀਂ ਬੜੀਆਂ ਆਲਾ ਤੁਸੀਂ ਨਜ਼ਮਾਂ ਲਿਖੀਆਂ ਤੇ ਜਿਵੇਂ ਕਿ ਤੁਹਾਡਾ ਨਾਂ ਆਕੀਬ ਹੈ ਤੇ ਤੁਸੀਂ ਕਿਹੜੇ ਕਿਹੜੇ ਸਨਫ ਦੇ ਸ਼ਾਇਰੀ ਦੇ ਕਿਹੜੇ ਕਿਹੜੇ ਸਨਫ ਦਾ ਤਾਕੂਬ ਕੀਤਾ ਜੀ ਮੈਂ तकरीबन ਜਿਹੜੀਆਂ ਸਾਡੇ ਕੋਲ ਸਨਫਾਂ ਚਲਦੀਆਂ ਹਨ ਸ਼ਾਇਰੀ ਦੀਆਂ ਦੋੜਾ ਸਾਡੇ ਕੋਲ ਸਾਡੇ ਇਲਾਕਾਈ ਸਨਫ ਹੈ ਇਹ ਸਮਝੋ ਜੀ ਬਿਲਕੁਲ ਦੋੜਾ ਕਤਾ ਨਜ਼ਮ ਗ਼ਜ਼ਲ ਗੀਤ ਮੁਸਮਨ ਮੁਸੱਦਸ ਜੀ ਜੋ ਕੁਝ ਮੇਰੀ ਸਮਝ ਚ ਆਇਆ ਮੈਂ ਹਰ ਸਿਰਫ ਤੇ ਟਰਾਈ ਕੀਤੀ ਹੈ ਮਾਇਆ ਬੋਲੀ ਬਾਕੀ ਚੰਗੀ ਲਿਖੀ ਜੀਏ ਜਾਂ ਮਾੜੀ ਲਿਖੀ ਜੀਏ ਉਹ ਅੱਲਾਹ ਸੁਣ ਦੇ ਇਖਤਿਆਰ ਹੈ ਜੀ ਸ਼ਾਇਰ ਜਾਂ ਤਾਂ ਸ਼ਾਇਰ ਹੁੰਦਾ ਹੈ ਜਾਂ ਤਾਂ ਫਿਰ ਨਹੀਂ ਹੁੰਦਾ ਫਿਰ ਜਦੋਂ ਸ਼ਾਇਰ ਲਿਖਦਾ ਹੈ ਤਾਂ ਫਿਰ ਉਹ ਕੁਝ ਨਾ ਕੁਝ ਹੋਦਾ ਬਸ ਮੰਜ਼ਰ ਜ਼ਰੂਰ ਹੁੰਦਾ ਹੈ ਏ ਤਾਂ ਮੈਂ ਤੁਹਾਡੀ ਇਸ ਗੱਲ ਤੋਂ ਇਤਫਾਕ ਨਹੀਂ ਕਰਾਂਗਾ ਕਿ ਉਹ ਅੱਛਾ ਲਿਖੀ ਜਾਏ ਜਾਂ ਮਾੜਾ ਸ਼ਾਇਰ ਹਮੇਸ਼ਾ ਆਪਣੇ ਤਰਫੋਂ ਅੱਛਾ ਲਿਖਦਾ ਹੈ ਜੀ ਸਹੀ ਗੱਲ ਜੀ ਸਮਝਣ ਵਾਲੇ ਦੇ ਵਿੱਚ ਥੋੜਾ ਬਹੁਤ ਫਰਕ ਹੋ ਸਕਦਾ ਹੋ ਸਕਦਾ ਪੜ੍ਹਨ ਵਾਲਾ ਉਹਨੂੰ ਸਮਝ ਨਾ ਸਕੇ ਜੀ ਤੁਸੀਂ ਥੋੜਾ ਜਿਹਾ ਆਪਣੀ ਪਰਸਨਲ ਲਾਈਫ ਦੇ ਉੱਤੇ ਵੀ ਰੋਸ਼ਨੀ ਪਾਣਾ ਪਸੰਦ ਕਰੋਗੇ ਕਿ ਤੁਹਾਡੇ ਬਾਵਜਦਾਤ ਤੋਂ ਵੀ ਕੋਈ ਮوسیਕੀ ਜਾਂ ਕੋਈ ਸ਼ੇਰੋ ਸ਼ਾਇਰੀ ਦੇ ਸ਼ੌਬੇ ਨਾਲ ਵਬਸਤਾ ਸੀ ਕਿ ਤੁਸੀਂ ਪਹਿਲੇ ਆਪਣੇ ਖਾਨਦਾਨ ਦੇ ਫਰਜ਼ ਸੀ ਜਿਨ੍ਹਾਂ ਨੇ ਅਦਬ ਨੂੰ ਚੁਸ ਕੀਤਾ ਜੀ ਬੜਾ ਅੱਛਾ ਖੂਬਸੂਰਤ ਸਵਾਲ ਹੈ ਬਾਈ ਕਮਰਾਨ ਜੀ ਮੇਰੇ ਖਾਨਦਾਨ ਵਿੱਚ ਯਾਨੀ ਕਿ ਜਿਹੜੇ ਲੋਕ ਜ਼ਿਆਦਾਤਰ ਨਾ ਸ਼ਾਇਰੀ ਨਾਲ ਲਗਾਓ ਰੱਖਦੇ ਆਂ ਲੇਕਿਨ ਸ਼ਾਇਰੀ ਕੀਤੀ ਕਿਸੇ ਨਹੀਂ ਯਾਨੀ ਮੇਰੇ ਵਾਲਿਦ ਸਾਹਿਬ ਆਰਮੀ ਜਾਣ ਉਹ ਜਿਹੜੀ ਬੰਗਲਾਦੇਸ਼ ਤੇ ਪਾਕਿਸਤਾਨ ਦੀ ਵੰਡ ਹੋਈ ਉਸ ਦੌਰਾਨ ਕੈਦ ਹੋ ਗਏ ਬੰਗਲਾਦੇਸ਼ ਵਿੱਚ 71 ਜੀ ਹਾਂ ਵਾਪਸ ਆਏ ਤੇ ਉਹ ਮੁੜ ਉਹਨਾਂ ਫੌਜ ਨੂੰ ਛੋੜ ਦਿੱਤਾ ਉਸ ਤੋਂ ਯਾਨੀ ਵਾਲਿਦ ਸਾਹਿਬ ਦਾ ਨਾਮ ਅੱਲਾ ਬਖਸ਼ਾਈ ਅੱਛਾ ਜੀ ਫੌਜੀ ਵਾਲਾ ਬਖਸ਼ ਦੇ ਨਾਂ ਤੋਂ ਮਸ਼ਹੂਰ ਹਨ ਉਹਨਾਂ ਦੇ ਵਾਲਿਦ ਸਾਹਿਬ ਸ਼ੇਰ ਮੁਹੰਮਦ ਉਹ ਸੁਨਾਰਿਆਂ ਵਾਲਾ ਕੰਮ ਕਰਦੇ ਹਨ ਉਹਨਾਂ ਦੇ ਵਾਲਿਦ ਪੀਰ ਬਖਸ਼ ਵੀ ਸੁਨਾਰਿਆਂ ਵਾਲਾ ਕੰਮ ਕਰਦੇ ਹਨ ਔਰ ਉਹਨਾਂ ਦੇ ਵਾਲਿਦ ਜਿਹੜੇ ਫਤਿਹ ਮੁਹੰਮਦਾਨ ਉਹ ਵੀ ਸੁਨਾਰਿਆਂ ਵਾਲਾ ਕੰਮ ਕਰਦੇ ਹਨ ਯਾਨੀ ਉਹ ਸੁਨਾਰਿਆਂ ਵਾਲਾ ਕੰਮ ਆਈ ਤੇ ਉਸ ਤੋਂ ਬਾਅਦ ਵਾਲਿਦ ਸਾਹਿਬ ਇਹ ਫੀ ਆਰਮੀ ਜੁਆਇਨ ਕੀਤੀ ਹਾਲਾਤ ਮੁਲਕੀ ਇਸ ਤਰ੍ਹਾਂ ਦੇ ਆਣ ਤੇ ਉਹਨਾਂ ਦੀ ਔਲਾਦ ਜੁਸੀ ਦੋ ਹੀ ਬੇਟੇ ਆਸੇ ਵੱਡਾ ਭਾਈ ਆਈ ਜੀ ਤੇ ਉਸ ਨੂੰ ਇਹ ਕਹਾਣੀ ਲਿਖਣ ਦਾ ਸ਼ੌਕ ਆਈ ਲੇਕਿਨ ਸ਼ਾਇਰੀ ਇਹ ਸਮਝੋ ਵੀ ਮੈਥੋਂ ਸ਼ੁਰੂ ਹੋਈ ਹੈ ਤੇ ਅੱਗਾ ਹੁਣ ਮੇਰਾ ਬੇਟਾ ਉਹਨੂੰ ਸ਼ੌਕ ਹੈ ਸ਼ਹਿਰੋਜ਼ ਨੂੰ ਜੀ ਜੀ ਸ਼ਾਵੇਜ਼ ਨੂੰ ਸ਼ੌਕ ਨਹੀਂ ਤੋਂ ਮਾੜਾ ਮੋਟਾ ਲਿਖਦਾ ਵੀ ਹੈ ਤੇ ਬਲਕਿ ਹੁਣ ਤਾਂ ਮੈਂ ਉਸ ਤੇ ਪਾਬੰਦੀ ਲਾਈ ਹੈ ਕਿ ਮੈਟ੍ਰਿਕ ਤੱਕ ਤੂੰ ਨਹੀਂ ਲਿਖਣਾ ਬਹਰਾਲ ਜੀ ਪਹਿਲੇ ਕੋਈ ਸ਼ਾਇਰ ਨਹੀਂ ਅੱਛਾ ਇੱਕ ਸੁਨਾਰੇ ਦੇ ਘਰ ਇੱਕ ਸ਼ਾਇਰ ਪੈਦਾ ਹੋਇਆ ਤੇ ਫਿਰ ਉਸ ਸ਼ਾਇਰ ਨੇ ਬੜਾ ਨਾਮ ਕਮਾਇਆ ਤੇ ਨਾਮ ਕਮਾ ਵੀ ਰਿਹਾ ਮੁਸਤਕਬਲ ਵੀ ਕਮਾਂਡ ਦੇ ਰਹਿਣਗੇ ਤੇ ਜਿਹੜੀਆਂ ਤੁਸੀਂ ਨਜ਼ਮਾਂ ਲਿਖੀਆਂ ਇਹ ਕੋਹਾਂ ਦੇ ਵਿੱਚ ਬੜੀ ਸ਼ਾਨਦਾਰ ਤੁਸੀਂ ਨਜ਼ਮ ਲਿਖੀ ਮੇਰਾ ਨਹੀਂ ਖਿਆਲ ਕਿ ਅੱਜ ਤੱਕ ਆਪਣੇ ਝੰਗ ਦੇ ਪਲੇਟਫਾਰਮ ਤੋਂ ਜਾਂ ਪੂਰੇ ਪੰਜਾਬ ਦੇ ਕਿਸੇ ਵੀ ਸ਼ਾਇਰ ਨੇ ਉਸ ਪੁਆਇੰਟ ਦੇ ਉੱਤੇ ਲਿਖਿਆ ਹੋਵੇ ਜਿਹੜਾ ਤੁਸੀਂ ਬੜੀ ਤੁਹਾਡੀ ਮਾਰੂਫ ਨਜ਼ਮ ਹੈ ਮੈਂ ਆਪਣਾ ਪੁੱਤਰ ਪੜਾਵਣਾ ਹੈ ਉਹਦਾ ਕੀ پس منظر ਹੈ ਉਹ ਤੁਹਾਡੇ ਜ਼ਿਹਨ 'ਚ ਕਿਵੇਂ ਖਿਆਲ ਆਇਆ ਉਸ ਨਜ਼ਮ ਨੂੰ ਲਿਖਣ ਦਾ ਉਸੇ ਮੰਜ਼ਰ ਤਾਂ ਇਹ ਸਮਝੋ ਕਿ ਬਚਪਨ ਤੋਂ ਚੋਂ ਕਿ ਜਿਹੜੇ ਅਸੀਂ ਹਾਲਾਤ ਵੇਦੇ ਪਿਆ ਇੱਕ ਜੰਗ ਜਾਗੀਰਦਾਰਾਨਾ ਸਟੇਟ ਹੈ ਜੀ ਜੀ ਤੇ ਇਹ احساسਿਕ ਕਮਜ਼ਰੀ ਤੇ ਸ਼ੁਰੂ ਤੋਂ ਆਈ ਇਹ ਚੀਜ਼ਾਂ ਵੇਦੇ ਪਿਆ ਸੀ ਹਾਂ ਜੀ ਬਿਲਕੁਲ ਤੇ ਇਹ ਇਹ ਤਫਾਕ ਨਜ਼ਮ ਦੀ ਹਕੀਕਤ ਇਹ ਹੈ ਕਿ ਸਾਡੇ ਕੋਲ ਕਰੋੜਾ ਬਾਕਰ ਇੱਕ ਜਗ੍ਹਾ ਦਾ ਨਾਮ ਹੈ ਉੱਥੇ ਇਹ ਆਪਣਾ ਐਜੂਕੇਸ਼ਨ ਦੇ ਜਿਹੜੇ ਆਣਾ ਜੀ ਈਡੀਓ ਇਹ ਡਿਊ ਐਜੂਕੇਸ਼ਨ ਉਦਾ ਜ਼ਾਦ ਨਸੀਮ ਸਾਹਿਬ ਆਂ ਜੰਗ ਵਿੱਚ ਉਹਨਾਂ ਖੁੱਲੀ ਕਚਹਿਰੀ ਲਾਉਣੇ ਆਈ ਤੇ ਰਾਣਾ ਸ਼ਹਿਦ ਸਾਹਿਬ ਸਾਡੇ ਨਿੱਕੇ ਦੁਲਤਾਨਾ ਦੇ ਸਾਡੇ ਬੜੇ ਪਿਆਰੇ ਦੋਸਤ ਹਨ ਸੋਸ਼ਲ ਵਰਕਰ ਹਨ ਉਹਨਾਂ ਮੇਰੇ ਕੋਲ ਤਾਲੀਮ ਤੇ ਜਿਹੜੀ ਹੈ ਨਾ ਉਹ ਨਜ਼ਮ ਲਿਖ ਅਦਾ ਜਿਵੇਂ ਮੈਂ ਅਰਜ਼ ਕੀਤੀ ਕਿ عطا ਹੈ ਰੱਬ ਦੀ ਜੀ ਗੋਡ ਗਿਫਟਡ ਹੈ ਮੈਂ ਖੀਵੇ ਤੂੰ ਚੱਲ ਕੇ ਚੱਲ ਕੇ ਕਰੋੜੇ ਬਾ ਕਰਤਾ ਪੰਜ ਸੱਤ ਮਿੰਟ ਦਾ ਸਫ਼ਰ ਹੈ ਮੈਂ ਨਜ਼ਮ ਦਾ ਦੋ ਪੈਰੇ ਲਿਖ ਲੈਂਡ ਉੱਥੇ ਮੈਨੂੰ 2000 ਮਿੰਟਾਂ ਮਿਲੇ ਆ ਤੇ ਮੈਂ ਅਗਲਾ ਪੈਰਾ ਲਿਖਿਆ ਹੈ ਲੇਕਿਨ ਉਹ ਜਿਹੜੀ ਗੱਲ ਮੇਰੇ ਅੰਦਰ ਹਾਂ ਨਾ ਜੀ ਉਹ ਹੀ ਬਾਹਰ ਆਈਆਂ ਔਰ ਉੱਥੇ ਮੈਨੂੰ ਪਹਿਲੀ ਵਾਰੀ ਪੜ੍ਹੀ ਨਾ ਤੇ ਕੁਝ ਚੰਦ ਬੰਦੇ ਐਸੇ ਵਿੱਚ ਬੈਠੇ ਆਨ ਭਾਈ ਨੂਰ ਥਈਮੋਰੀ ਔਰ ਜਿਹੜੇ ਅਗੇ ਇਸ ਜਾਗੀਰਦਾਰਾ ਦਾ ਨਿਜ਼ਾਮ ਦੇ ਪਿੱਠੇ ਲੋਗ ਆਨ ਉਹਨਾਂ ਮੈਨੂੰ ਇਤਨੀ ਦਾਤ ਦਿੱਤੀ ਔਰ ਇਤਨਾ ਖੁਸ਼ ਹੋਏ ਕਿ ਮੇਰੇ ਅੰਦਰ ਹੌਸਲਾ ਪੈਦਾ ਹੋਇਆ ਔਰ ਮੈਂ ਜਿਸ ਸਟੇਟ ਤੇ ਜਿਸ ਜਗ੍ਹਾ ਤੇ ਪੜ੍ਹੀਏ ਨਾ ਉਸ ਨੂੰ ਬੜੀ ਪਜ਼ਿਰਾਈ ਮਿਲੀ ਇੱਕ ਅਤਾ ਹੋਈ ਏ ਜੀ ਨਜ਼ਮ ਔਰ ਸ਼ਾਇਰੀ ਚੋਂ ਕਿ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਨਜ਼ੂਲ ਹੁੰਦਾ ਸਮਝੋ ਬਈ ਆਮਦ ਹੁੰਦੀ ਹੈ ਤੇ ਇੱਕ ਅਵਰਦ ਹੁੰਦੀ ਹੈ ਬਈ ਥੋੜੀ ਮਿਹਨਤ ਨਾਲ ਲਿਖਣੀ ਪੈਂਦੀ ਹੈ ਇਹ ਸਮਝੋ ਆਮਦ ਆਈਏ ਤਾਂ ਕੋਈ ਪਤਾ ਨਹੀਂ ਲੱਗਾ ਤੇ ਬਣੀ ਬਣਾਈ ਆਈਏ ਮੇਰੇ ਜੀ ਜਿੱਦਾਂ ਤੁਸੀਂ ਦੱਸਿਆ ਕਿ ਖਾਲਕ ਦੀ عطا ਹੈ ਤੇ ਸ਼ਾਇਰੀ ਬੇਸ਼ੱਕ ਖਾਲਕ ਦੀ عطا ਹੁੰਦੀ ਤੇ نازਲ ਹੁੰਦੀ ਬੰਦਾ ਕੋਸ਼ਿਸ਼ ਕਰੇ ਤਾਂ ਕਾਫੀਆ ਰਦੀਫ ਮਿਲਾ ਲੈਂਦਾ ਲੇਕਿਨ ਸ਼ੇਰ ਨਹੀਂ ਬਣਦਾ ਸ਼ੇਰ ਬਣਨ ਲਈ ਤੁਹਾਡਾ ਕਨੈਕਸ਼ਨ ਅੰਦਰ ਇੱਕ ਸ਼ਾਇਰ ਹੋਣਾ ਜ਼ਰੂਰੀ ਹੈ ਅੰਦਰ ਇੱਕ ਸ਼ਾਇਰ ਹੋਣਾ ਜ਼ਰੂਰੀ ਹੈ ਤੇ ਤੁਹਾਡਾ ਜਿਹੜਾ ਕਨੈਕਸ਼ਨ ਹੁੰਦਾ ਆਪਣੀ ਸੋਲ ਨਾਲ ਆਪਣੇ ਆਪਣੇ ਇੱਕ ਜਜ਼ਬਾ ਹੁੰਦਾ ਉਹ ਤੁਹਾਡੇ ਅੰਦਰ ਹੋਣਾ ਬਹੁਤ ਜ਼ਰੂਰੀ ਹੈ ਤੇ ਅਸੀਂ ਆਪਣੇ ਨਾਜ਼ਰੀਨ ਨੂੰ ਇਹ ਨਜ਼ਮ ਸੁਣਾਏ ਬਗੈਰ ਕਿਵੇਂ ਰੱਖ ਸਕਦੇ ਆ ਜਿਹੜੀ ਤੁਹਾਡੀ ਜਗ ਮਸ਼ਹੂਰ ਨਜ਼ਮ ਹੈ ਜੀ ਬਿਲਕੁਲ ਮੈਂ ਆਪਣਾ ਪੁੱਤਰ ਪੜਾਵਣਾ ਹੈ ਮਿਹਰਬਾਨੀ ਹੋਏਗੀ ਜੇ ਨਾਇਤ ਕਰੋਗੇ ਤਾਂ ਜੀ ਕਮਰਾਨ ਸ਼ੇਖ ਜੀ ਇਹ ਨਜ਼ਮ ਦਾ ਉਨਵਾਨ ਹੈ ਜੀ ਜੱਦੀ ਪੁਸ਼ਤੀ ਨੌਕਰ ਅੱਛਾ ਜੱਦੀ ਪੁਸ਼ਤੀ ਨੌਕਰ ਜੀ ਇਹਦੇ ਵਿੱਚ ਮਕਾਲਮਾ ਹੈ ਇੱਕ ਸਰਦਾਰ ਤੇ ਨੌਕਰ ਦਾ ਜੀ ਜੀ ਸਾਡੀ ਜਿਹੜੀ ਰਹਿਤ ਹੈ ਲੈ ਇਹਦੇ ਵਿੱਚ ਇਸ ਰਹਿਤ ਦਾ ਬੜਾ ਵੱਡਾ ਹਿੱਸਾ ਹੈ ਜੀ ਰૈયਤ ਤੇ ਸਰਦਾਰ ਦਾ ਜੀ ਔਰ ਸਰਦਾਰੀ ਨਿਜ਼ਾਮ ਵਿੱਚ ਇਹਡੇ ਚੰਗੇ ਚੰਗੇ ਸਰਦਾਰ ਹੋਣਾਂ ਕਿ ਵਾਕਰਾਤ ਸੁਣ ਕੇ ਬੰਦਾ ਹੈਰਾਨ ਹੋ ਜਾਂਦਾ ਹੈ ਔਰ ਮੈਂ ਉਸ ਤੋਂ ਪਹਿਲੇ ਕ ਆਪਣਾ ਦੋੜਾ ਸੁਣਾਵਣਾ ਚਾਹਾਂ ਜੀ ਜ਼ਰੂਰ ਬਿਸਮਿਲਲਾ ਸਾਡੇ ਯਾਨੀ ਕਿ ਸਾਡੀ ਰਹਿ ਚਲਦੇ ਜਿਹੜੇ ਸਰਦਾਰ ਆ ਨਾ ਜੀ ਉਹ ਆਪਣੀ ਰਿਆਤ ਨੂੰ ਆਪਣੀ ਰਿਆਆ ਨੂੰ ਔਲਾਦ ਵਾਂਗ ਸਮਝਿੰਦੇ ਆ ਅੱਛਾ ਔਰ ਮੈਂ ਬਾਅਦ ਇੱਕ ਦੋੜਾ ਮੇਰਾ ਬੜਾ ਵਾਇਰਲ ਹੋਇਆ ਬੜਾ ਮਸ਼ਹੂਰ ਦੋੜਾ ਹੈ ਜੀ ਕਿ ਕਿਦੇ ਵਗ ਹੈ ਦੌਰ ਵਿਰਾਗਾں ਦੇ ਕਿਦੇ ਪਤਾ ਨਹੀਂ ਯਾਰੀਆਂ ਗਈਆਂ ਆਏ ਹਾਏ ਹਾਏ ਸਦਰਾਂ ਦੇ ਦੇਸ ਤੂੰ ਸਿੱਖ ਦੀਆਂ ਕੂਨੀਆਂ ਉੱਕਾ ਮਾਰ ਉਡਾਰੀਆਂ ਗਈਆਂ ਘੋਣ ਬਣ ਕੇ ਆਕਬ ਸਾਗਿਆਂ ਨੂੰ ਖਾ ਬੇ ਇਤਬਾਰੀਆਂ ਗਈਆਂ ਜਦਾ ਰਇਤ ਵੀ ਹਾਈ ਆウਲਾਦ ਬਰਾਬਰ ਕਿਦੇ ਉਹ ਸਰਦਾਰੀਆਂ ਗਈਆਂ ਓਏ ਹੋਏ ਹੋਏ ਔਰ ਅچھے ਮਾੜੇ ਲੋਕ ਤਹਰ ਦੌਰ ਚ ਹੁੰਦੇ ਨੇ ਇੱਕ ਯਾਨੀ ਕਿ ਮੰਦੀ ਸੋਚ ਨੂੰ ਮੇ ਉਜਾਗਰ ਕੀਤਾ ਹੈ ਇੱਕ ਚੌਧਰੀ ਜਿਹੜਾ ਲਫ਼ਜ਼ ਇਸਤੇਮਾਲ ਕੀਤਾ ਹੈ ਇਹਦੇ ਵਿੱਚ ਕਰੈਕਟਰ ਕਿਰਦਾਰ ਨੂੰ ਮੈਂ ਅੱਛਾ ਤਸ਼ਬੀਹਾਂ ਤੁਸੀਂ ਤਸ਼ਬੀਹਾਂ ਜੀ ਉਹ ਮੁਕਾਲਮਾ ਹੈ ਜੀ ਨੌਕਰ ਤੇ ਸਰਦਾਰ ਦਾ ਜੀ ਜੀ ਮੈਂ ਆਖਿਆ ਆਪਣੇ ਚੌਧਰੀ ਨੂੰ ਸਾਇ ਸੁਣਿਆ ਨਾਲ ਦੀ ਵਸਤੀ ਸਰਕਾਰੀ ਮਕਤਬ ਖੁੱਲ ਆਏ ਜਿੱਥੇ ਪੜਦਨ ਬਾਲ ਗਰੀਬਾਂ ਦੇ ਜਿੱਥੇ ਮੁਫਤ ਕਿਤਾਬਾਂ ਢੀਂਦੀਆਂ ਹਨ ਵਾ ਵਾ ਕਾਈ ਫੀਸ ਪੜਾਈ ਦੀ ਨਹੀਂ ਲੱਗਦੀ ਮੈਂ ਸੁਣਿਆ ਇਲਮ ਖਜ਼ਾਨਾ ਹੈ ਇਹ ਇਲਮੇ ਚਾਨਣ ਅੱਖੀਆਂ ਦਾ ਸੱਤ ਪੀੜੀਆਂ ਮੇਰੀਆਂ ਹੱਡੀਆਂ ਹਨ ਸਰਕਾਰ ਦੀ ਤਾਬੇਦਾਰੀ ਵਿੱਚ ਇਹੋ ਮੰਗਣਾ ਅਜਰ ਗੁਲਾਮੀ ਦਾ सदियां दियां अनियां अखियां विच मैं इल्म दा सुरमा पावन है मैं अपना पुत्र पढ़ावन है आए हाय अमल वेखना कि अगू डड़क के चौधरी आदा है और कुछ तो सोच समझ के बोल्या कर तेरा पुत्र सकूले जा जासी ता एनु वेख के पिंड देया लोका नु री समसी बाल पढ़ावन दी जे रसम पढ़ाई दी चल पई ता मेरे बخت दा सूरज ढल जासी मेरे माल दे पट्टे काए करनेन ਮੇਰੇ ਕੌਣ ਨਵਾਈ ਸੀ ਕੁੱਤਿਆਂ ਨੂੰ ਮੈਨੂੰ ਹੁੱਕਾ ਕੌਣ ਬਖਾ ਦੇ ਸੀ ਮੇਰੇ ਬਾਲ ਸ਼ਿਕਾਰ ਤੋਂ ਅਟਸਣ ਤਾ ਲੜ ਕੌਣ ਮਰੇ ਸੀ ਗੱਡੀ ਤੇ ਉਹਦੇ ਸੁਣ ਕੇ ਬੋਲ ਹਕਾਰਤ ਦੇ ਚੁੱਪ ਕਰਕੇ ਘਰ ਨੂੰ ਰਲਕ ਪਿਉਮ ਰੇ ਹਵਸ ਦਾ ਸਾਹਮਣ ਅੱਖੀਆਂ ਦਾ ਸਾਰੀ ਰਾਤ ਸੁਚੇਂਦੇ ਆਂਗੂਜ਼ਰ ਗਈ ਮੇਰਾ ਪੁੱਤਰੇ ਨਾਜ਼ਕ ਫੁੱਲਾ ਤੂੰ ਨਹੀਂ ਅੱਗ ਰੱਖ ਸਕਦਾ ਢੱਫੇ ਤੇ ਨਹੀਂ ਗਰਮ ਹਵੇਜ਼ਾ ਚਾ ਸਕਦਾ ਇਹ ਸੋਚ ਸੁਚੇਂਦੇ ਅੱਖ ਲੱਗ ਗਈ ਇੱਕ ਵੇਖਿਆ ਮੰਜ਼ਰ ਖਾਬ ਦੇ ਵਿੱਚ ਮੇਰੇ ਪੁੱਤਰ ਦੀ ਕੰਢ ਤੇ ਬਸਤਾਏ ਉਹਦੇ ਹੱਥ 'ਚ ਹਾਰ ਏ ਫੁੱਲਾਂ ਦਾ ਉਤਾੜੀਆਂ ਚਾਕੇ ਗੱਲ ਮੇਰੇ ਉਹ ਹਾਰ ਪਵਾਉਣਾ ਚਾਹੁੰਦਾ ਏ ਆਏ ਹਾਏ ਹਾਏ ਅਜੀ ਅੱਖ ਦਾ ਖਾਬ ਅਧੂਰਾ ਹਾ ਈਦੂ ਘਰ ਦਾ ਕੁੰਡਾ ਖੜਕ ਪਿਆ ਮੈਂ ਪੁੱਛਿਆ ਕੌਣ ਏ ਕੀ ਆਣਾ ਏ ਅਗੂ ਬੋਲੇਆ Munshi Choudhary ਦਾ ਤੈਨੂੰ ਚੌਧਰੀ ਸਾਹਿਬ ਸਦਿੰਦੇ ਹਨ ਮੈਂ ਆਖਿਆ ਆਖੀ ਚੌਧਰੀ ਨੂੰ ਮੈਨੂੰ ਨਾ ਫਰਮਾਨੀ ਮਾਫ ਕਰੇ ਮੇਰੇ ਪੈਰੀ ਲੱਜਦੀਆਂ ਬੇੜੀਆਂ ਹਨ ਮੇਰੇ ਆਕੇ ਬਾਹਤ ਮਫਲੂਜ ਤਾਂ ਨਹੀਂ ਮੈਂ ਅਜਲਾ ਢੇਡ ਚੂਢੋ ਲਈਏ ਮੈਂ ਕਹੀਂ ਦੀ ਨੌਕਰੀ ਨਹੀਂ ਕਰਨੀ ਸਿਰ ਦੇ ਸਾਹੇਟ ਤਗਾਰੀ ਦੇ ਹਾਂ ਦੇ ਸਾ ਚੀਰ ਪਹਾੜਾਂ ਦਾ ਰੁਖ ਦੇ ਸਾ ਮੋੜ ਸਮੰਦਰਾਂ ਦਾ ਹਾਂ ਵਾਂ ਆਖੀ ਆਪਣੇ ਚੌਧਰੀ ਨੂੰ ਸਿੱਖੇ ਅਟਕਲ ਆਪ ਬਖਾਉਣ ਦੀ ਯਾ ਹੁੱਕਾ ਪੀਵਣਾ ਛੱਡ ਦੇਵੇ ਸਦੀਆਂ ਦੀਆਂ ਅਨੀਆਂ ਅੱਖੀਆਂ ਵਿੱਚ ਮੈਂ ilm ਦਾ سرمਾ ਪਾਉਣ ਆਏ ਮੈਂ ਅਜਲਾ ਡੇਢ ਚੂ ਢੋ ਲਈਏ ਮੈਂ ਆਪਣਾ ਪੁੱਤਰ ਪੜਾਵਣਾ ਆਏ ਹਾਏ 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 ਤੁਸੀਂ ਲੱਖਾਂ ਤੇ ਕਰੋਨਾ ਦਿਲਾਂ ਦੀ ਜਿਹੜੀ ਆਵਾਜ਼ ਸੀਗੀ ਉਹਨੂੰ ਇਹ ਸਮਝ ਲਓ ਕਿ ਸ਼ੀਸ਼ੇ ਚ ਉਤਾਰ ਦਿੱਤਾ ਤੇ ਰੱਬ ਨੇ ਬੜੀ عطا ਕੀਤੀ ਤੁਹਾਡੇ ਤਵਸਤ ਨਾਲ ਇਸ ਵਸਬੇ ਦੀ ਤਰਜਮਾਨੀ ਤੁਸੀਂ ਕੀਤੀ ਤੇ ਇੱਕ ਸੁਨਾਰੇ ਘਰ ਚ ਪੈਦਾ ਹੋਣ ਵਾਲਾ ਇੱਕ ਆਮ ਜਾਂ ਆਕਿਬ ਜੀ ਫਿਰ ਆਕਿਬ ਸਤਿਆਨਵੀ ਬਣਿਆ ਤੇ ਤੁਹਾਨੂੰ ਬਹੁਤ ਪਹਿਲੇ ਤੋਂ ਅੰਦਾਜ਼ਾ ਹੋਣਾ ਕਿ ਇਹ ਜਿਹੜਾ ਸ਼ੋਭਾ ਹੈ ਇਸ ਸ਼ੋਭੇ ਦੇ ਵਿੱਚ ਬਹੁਤ ਸਖਤੀਆਂ ਹੁੰਦੀਆਂ ਨੇ ਬਹੁਤ ਤਕਲੀਫਾਂ ਉਠਾਣੀਆਂ ਪੈਂਦੀਆਂ ਨੇ ਤੇ ਤੁਸੀਂ ਫਿਰ ਇਸ ਦੇ ਨਾਲ ਕੋਈ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਦੂਸਰਾ ਸ਼ੋਭਾ ਵੀ ਚੂਜ਼ ਕੀਤਾ ਕਿਉਂਕਿ ਰਿਸਕ ਵੀ ਜ਼ਰੂਰੀ ਹੁੰਦਾ ਹੈ ਸ਼ੌਕ ਵੀ ਜ਼ਰੂਰੀ ਹੁੰਦਾ ਹੈ ਨਹੀਂ ਜੀ ਉਹ ਸਿਲਸਿਲਾ ਇੰਨੀ ਬਣ ਗਿਆ ਕਿ ਜਿਸ ਵੇਲੇ ਮੁਸ਼ਾਇਰੇ ਸ਼ੁਰੂ ਹੋਏ ਨਾ ਜੀ ਉਸੇ ਦੌਰ ਵਿੱਚ ਹੀ ਉਹ ਜਿਹੜਾ ਮੈਂ ਤੁਹਾਨੂੰ ਮੁਸ਼ਾਇਰੇ ਦਾ ਵਾਕਿਆ ਸੁਣਾਇਆ ਹੈ ਅਬਦੁਲ ਹਕੀਮ ਆਲਾ ਉੱਥੇ ਪਹਿਲੀ ਵਾਰੀ ਇਹ ਰਿਵਾਜ ਪੈ ਗਿਆ ਕਦੀ ਕੋਈ ਸ਼ਾਇਰ ਫੀਸ ਨਾ ਲੈਂਦਾ ਹੁੰਦਾ ਜੀ ਬਲਕਿ ਸ਼ਾਇਰ ਆਪਣੇ ਘਰੋਂ ਖਰਚੇ ਕਰਕੇ ਜਾਂਦੇ ਹੁੰਦੇ ਆ ਬਿਲਕੁਲ ਜੀ ਉੱਥੇ ਸਾਡੇ ਉਸਤਾਦ ਸ਼ਾਇਰ ਨੇ ਗੁਲਾਮ ਮੈਦਰ ਤਾਜ ਬੱਟੀ ਸਾਹਿਬ ਉਹ ਕਿਸੇ ਸ਼ਾਇਰ ਕੋਲ ਗਏ ਤੇ ਉਸ ਉਹਨਾਂ ਦੇ ਕੋਲ ਕਿਰਾਇਆ ਲੈ ਲਿਆ ਗੱਡੀ ਦਾ ਬੜਾ ਮਾਕੂਲ ਜਿਹਾ ਉਸ ਦੌਰ ਵਿੱਚ ਕਿਰਾਇਆ ਆਈ ਤੇ ਉਹਨਾਂ ਤਾਜ ਸਾਹਿਬ ਆ ਕੇ ਆਖਿਆ ਕਿ ਮੈਂ ਵੀ ਅੱਜ ਤੋਂ ਬਾਅਦ ਕਿਰਾਇਆ ਤੋਂ ਬਗੈਰ ਨਹੀਂ ਜਾਵਣਾ ਔਰ ਉਹ ਉਹਨਾਂ ਸ਼ੁਰੂਆਤ ਕੀਤੀ ਉਹ 1000 2000 ਵਾਲੀ ਉਹ ਮੁੜ ਬਾਅਦ ਵਿੱਚ ਵੱਧੀ ਵੱਧੀ ਤੇ ਅਲਹਮਦੁਲਿਲਾ ਇਤਨੀ ਡਿਮਾਂਡ ਬਣ ਗਈ ਮੁਸ਼ਾਇਰਤ ਕਿ ਕੋਈ ਮੁਸ਼ਾਇਰਾ ਪੰਜਾਬ ਵਿੱਚ ਇੰਜ ਦਾ ਨਹੀਂ ਹੁੰਦਾ ਜਿੱਥੇ ਆਕਿਬ 79 ਨਾ ਹੋਵੇ ਆ ਤੇ ਮੁਸ਼ਾਇਰਾ ਹੋਵੇ ਆ ਇਹ ਮੇਰੇ ਸੋਹਣੇ ਅੱਲਾ ਦਾ ਕਰਮ ਆਈ ਔਰ ਉਹਦੇ ਵਿੱਚ ਇੱਕ ਸਭ ਤੋਂ ਵੱਡੀ ਜਿਹੜੀ ਮੈਨੂੰ ਲੱਗਦੀ ਏ ਕਿ ਮੇਰੇ ਨਾਂ ਦੀ ਬਰਕਤ ਆਈ ਕਿ ਮੇਰਾ ਨਾਮ ਪੂਰਾ ਸ਼ਾਹਿਦ ਮਹਿਮੂਦ ਆਕਿਬ ਹੈ ਅੱਛਾ ਸ਼ਾਹਿਦ ਵੀ ਸਰਕਾਰ ਦੇ 99 ਨਾਵਾਂ 'ਚ ਮਹਿਮੂਦ ਵੀ ਏ ਤੇ ਆਕਿਬ ਵੀ ਏ ਔਰ ਇਸ ਨਾਮ ਦੀ ਬਰਕਤ ਦਾ ਉਹ ਸਾਰਾ ਸਾਰ ਆਈ ਕਿ ਜਿੱਥੇ ਗਿਆ ਅਲਹਮਦੁਲਿਲਾ ਬੜਾ ਭਰਮ ਭੜੀ ਇੱਜ਼ਤ ਮਿਲੀ تو اتنی تیزی نال مشاعرے شروع ہو گئے کہ کوئی رات خالی نہ ہوئی کدی کدیں اور الحمدللہ جی اس نسبت نام دی نسبت نال مجھے بڑی پذیرائی ملی الحمدللہ بڑا برہم بنیا جی کے تسی ਦੋੜੇ ਵੀ ਲਿਖੇ ਦੂਸਰੀ ਤੁਸੀਂ ਸੰਫ ਦੇ ਉਤੇ ਵੀ ਤਬਾਜ਼ਮਾਈ ਕੀਤੀ ਇਹ ਤੁਹਾਡੇ ਗੀਤ ਵੀ ਬਹੁਤ ਆਏ ਨਾ ਲੇਕਿਨ ਇੱਕ ਖਾਸ ਵਕਤ ਦੇ ਬਾਅਦ ਹੁਣ ਤੁਹਾਡਾ ਕਾਫੀ ਅਰਸੇ ਬਾਅਦ ਗੀਤ ਆਇਆ ਤੇਰੇ ਬਾਜ ਗੁਜ਼ਾਰੇ ਨਹੀਂ ਹੁੰਦੇ ਤੇ ਆਂਦੇ ਹੀ ਛਾ ਗਿਆ ਇਸ ਦੇ ਪਿੱਛੇ ਕੀ ਪਸ ਮੰਜ਼ਰ ਹੈ ਇੰਨਾ ਤੁਸੀਂ ਲੇਟ ਕਿਉਂ ਕੀਤਾ ਗੀਤ ਨੂੰ ਗੀਤ ਅਸਲ ਗੱਲ ਤਾਂ ਇਹ ਹੈ ਜੀ ਕਿ ਮੇਰੀ ਜਿਹੜੀ ਸ਼ਾਇਰੀ ਦੀ ਵਜ੍ਹਾ ਹਾਈ ਨਾ ਜੀ ਜੀ ਉਸ ਦੇ ਵਿੱਚ ਬਹੁਤ ਸਾਰਾ ਕਿਰਦਾਰ ਇੱਕ ਸਿੰਗਰ ਦਾ ਹੈ ਅੱਛਾ ਸਾਡੇ ਪਿੰਡ ਜਿਵੇਂ ਕਿ ਤੁਹਾਨੂੰ ਦੱਸਿਆ ਕਿ ਸ਼ਾਇਰੀ ਦਾ ਬੜਾ ਕਲਚਰ ਆਈ ਨਾਲ ਗਲੂਕਾਰੀ ਦਾ ਵੀ ਕਲਚਰ ਆਈ ਜੀ ਜੀ ਤੇ ਐ ਗਵਾਟ ਖਾਨ ਸਾਹਿਬ ਬਾਬਾ ਤਾਲਬ हुसैन ਦਰਦ ਬਹੁਤ بڑا ਨਾਂ ਬਿਲਕੁਲ ਬਹੁਤ ਵੱਡਾ ਔਰ ਉਹਨਾਂ ਦਾ ਸਸਰਾਲ ਹੀ ਮੇਰੇ ਪਿੰਡੇ ਚ ਆਈ ਅੱਛਾ ਤੇ ਉਹ ਇੱਕ ਰਬਤ ਇੰਜ ਦਾ ਹਾਈ ਕਿ ਮੇਰੇ ਮਾਮੂ ਜਿਹੜੇ ਆ ਆਕਲ ਉਹਨਾਂ ਦਾ ਨਾਂ ਆ ਉਹਨਾਂ ਨੂੰ ਮusiqi ਨਾਲ ਸ਼ੌਕ ਆਈ ਔਰ ਉਹ ਖਾਨ ਸਾਹਿਬ ਦੇ ਦੋਸਤਾਂ ਅੱਲਾ ਦੀ ਤਾਲਿੱਟੀ ਇਹਨਾਂ ਦਾ ਇੱਕ ਸ਼ਾਗਿਰਦ ਖਾਨ ਸਾਹਿਬ ਦਾ ਬਹੁਤ ਵਫਾਦਾਰ ਔਰ ਬਹੁਤ ਪਿਆਰਾ ਸ਼ਾਗਿਰਦ ਜੀ ਜੀ ਉਹ ਜਦੋਂ ਸਤਿਆਣੇ ਆਉਣ ਲੱਗਾ ਨਾ ਮੁਰ ਸਿਰਫ ਇੱਕੋ ਗਲੂਕਾਰ ਸਤਿਆਣੇ ਆਂਦਾ ਇਹਦਾ ਨਾਂ ਅਲਾ ਦੀ ਤਲਿਟੀ ਆਈ ਅੱਛਾ ਉਹ ਘਰਾਂ ਦਾ ਗਲੂਕਾਰ ਬਣ ਗਿਆ ਕਿਸ ਕਿਸਮ ਦਾ ਇਨਸਾਨ ਆਈ ਕਿ ਹਰ ਈਵੈਂਟ ਤੇ ਹਰ ਪ੍ਰੋਗਰਾਮ ਤੇ ਅਲਾ ਦੀ ਤਲਿਟੀ ਹੈ ਜੀ ਉਹਨਾਂ ਨਾਲ ਜ਼ਾਹਿਦ ਬਾਕੀ ਸਾਹਿਬ ਮੈਂ ਕਿ ਜ਼ਿਕਰ ਕਰਨਾ ਭੁੱਲ ਗਿਆ ਗੀਤਕਾਰ ਬੜੇ ਅੱਛੇ ਸਾਡੇ ਪਿੰਡ ਦੇ ਮੇਰੇ ਕਲਮੀ ਉਸਤਾਦ ਵੀ ਹਨ ਪਹਿਲੇ ਪਹਿਲੇ ਉਸਤਾਦ ਸਮਝੋ ਉਹਨਾਂ ਕਲਮੀ ਅੱਛਾ ਕਿ ਜਿਨ੍ਹਾਂ ਦੇ ਕੋਲ ਮੈਂ ਇbtedਾਈ ਤੌਰ ਤੇ ਸ਼ਾਇਰੀ ਦੀ ਅਲਸ ਬੇ ਸਿੱਖੀ ਤੇ ਉਹਨਾਂ ਦਾ ਮਸ਼ਹੂਰ ਗੀਤ ਹੈ ਢੋਲ ਨਦਰ ਦੀਵੇ ਅੱਛਾ ਕਈ ਨੂੰ ਹਾਲ ਸੁਣਾਵਾ ਜਾਂ ਔਰਜਾ ਕਾਲਿਆ ਕਾਵਾ ਆਥੀ ਮੇਰੇ ਮਾਈਏ ਨੂੰ ਮੂ ਸਾਰੇ ਗੀਤ ਉਹਨਾਂ ਦੇ ਹਟ ਹੋਏ ਤੇ ਭਾਈ ਅਲਾਦੀ ਤੇ ਲਿੱਟੀ ਇਹ ਸਮਝੋ ਵੀ ਉਹਨਾਂ ਦੇ ਨਵੇਂ ਕਲੇ ਸ਼ਾਇਰਾਂ ਉਹਨਾਂ ਦੀ ਹਰ ਕਿਸ ਅੱਥੇ ਦੋ ਗੀਤ ਬਾਕੀ ਸਾਬ ਦੇ ਹੁੰਦੇ ਆ ਅੱਛਾ ਜੀ ਅਸੀਂ 61 ਵੇ ਦੇ ਆਸੇ ਨਾ ਜੀ ਜੀ ਤੇ ਹਸਰਤ ਹੁੰਦੀ ਆਈ ਕਿ ਕਦੀ ਐਸੇ ਸਾਡਾ ਹੀ ਨਾਮ ਲਿਖਿਆ ਹੋਵੇ ਆ ਤੇ ਸਾਕਿਬ ਸਮੋਰ ਉਹਦਾ ਉਹਨਾਂ ਦੇ ਕੈਰੀਅਰ ਦਾ ਆਗਾਜ਼ ਆਈ ਮੇਰੇ ਉਸਤਾਦ ਭਾਈ ਅਨ ਮੁਹੰਮਦ ਸ਼ਬਾਸ ਸਾਕਿਬ ਸਮੋਰ ਸਾਹਿਬ ਅੱਛਾ ਜੀ ਉਹ ਸਾਕਿਬ ਤੋਂ ਮੁਤਾਸਰ ਹੋ ਕੇ ਮੈਂ ਆਕਿਬ ਬਣਿਆ ਅੱਛਾ ਤੇ ਭਾਈ ਅੱਲਾ ਦੀ ਤਲਿੱਟੀ ਨੂੰ ਮੁੜ ਮੈਂ ਪਹਿਲੀ ਵਾਰੀ ਨਾ ਉੱਥੇ ਸ਼ਾਦੀ ਹੋਈ ਸਾਡਾ ਹਮਸਾਇਆ ਜੀ ਨਾਸਰ ਤੇ ਉਸ ਦੀ ਸ਼ਾਦੀ ਤੇ ਨਾ ਭਾਈ ਅੱਲਾ ਦੀ ਤਲਿੱਟੀ ਪਹਿਲੀ ਵਾਰੀ ਮੇਰਾ ਦੌੜਾ ਆਖਿਆ ਉਸਤਾਦ ਅੱਲਾ ਦੀ ਤਡਾਡੀ ਤੇ ਬਾਕੀ ਸਾਹਿਬ ਦੌੜਾ ਰੱਖਿਆ ਜੀ ਉਸ ਨੂੰ ਪਤਾ ਤਾਂ ਨਾ ਇਹ ਨੂਰ ਲੜਕਾ ਆਈ ਤੇ ਉਸ ਨੂੰ ਤਾਂ ਪਤਾ ਨਾ ਇਹ ਦੌੜਾ ਕਹਿੰਦਾ ਆਕਿਬ ਕੌਣ ਹੈ ਉਸ ਫੇਰ ਘਾਟ ਦਿੱਤਾ ਜੀ ਅੱਛਾ ਮੈਂ ਬੜਾ ਖੁਸ਼ ਹੋ ਗਿਆ ਮੇਰਾ 도ੜਾ ਬੜਾ ਲੱਗਾ ਜੀ ਦੋ ਵੇਰੀ 도ੜਾ ਮੈਂ ਮੋੜ ਸਕੂਲ ਨੂੰ 5 ਰੁਪਏ ਜੇਬੇ ਚੋਂ ਦੇ ਆਂ ਇਕਬਾਲ ਮਾਛੀ ਦਾ ਹੋਟਲ ਹੁੰਦਾ ਈ ਤਫਰੀ ਵਕਤ ਆ ਜਾਂਦਾ ਆਂ ਤੂੰ ਕੇਸੜ ਚਲਦੀ ਆਈ ਅੱਛਾ ਸਾਰੀ ਕੇਸੜ ਮੈਂ ਸੁਣਦੇ ਰਹਾਣਾ ਸੁਣਦੇ ਰਹਾਣਾ ਇਹ ਲੈ ਮੇਰਾ 도ੜਾ ਆਵਣਾ ਮੈਂ ਉਠੀ ਕੇ ਵਗ ਜਾਣਾ ਅੱਛਾ 도ੜਾ ਸੁਣ ਕੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਆਪਣਾ 도ੜਾ ਸੁਣੇ ਨੰਮਦਾ ਹੈ ਉਹ ਮੈਂ ਕੁਝ ਗੀਤ ਲਿਖ ਕੇ ਭਾਈ ਅਲਾਦੀਨ ਦਿੱਤੇ ਭਾਈ ਅਲਾਦੀਨ ਤੇ ਗਾਵਣ ਉਹਦਾ ਮਿਜ਼ਾਜ ਕਮਾਲ ਦਾ ਇਸ ਤੇ ਇੱਕ ਮੁਕੰਮਲ ਪ੍ਰੋਗਰਾਮ ਬਣਦਾ ਹੈ ਭਾਈ ਅਲਾਦੀਨ ਤੇ ਲਿੱਟੀ ਦੀ ਜ਼ਿੰਦਗੀ ਤੇ ਔਰ ਉਸ ਦੇ ਮਿਜ਼ਾਜ ਤੇ ਕਿ ਗਲੂਕਾਰ ਔਰ ਇਤਨਾ ਮਖਲਿਸ ਇਨਸਾਨ ਇਤਨਾ acha ਇਨਸਾਨ ਕਿ ਕੋਈ ਮਿਸਾਲ ਨਹੀਂ ਉਸ ਦੇ ਘਰ ਵੱਲੋ ਸ਼ਾਬਿਲ ਆਇਆ ਤੇ ਉਹਨਾਂ ਬਾਹਰ ਘਰ ਦੇ ਆਂਬਾਂ ਉਹਨਾਂ ਆਂਬਾਂ ਦੇ ਹੇਠ ਅੱਧੀ ਸ਼ਾਇਰੀ ਮੇਰੀ ਜਿਹੜੀ ਹੈ ਨਾ ਉਸ ਵਾਜਾ ਖੋਲਣਾ ਤੇ ਨਾਲ ਗੀਤ ਲਿਖੀ ਜਾਵਣ ਮੈਨੂੰ ਸ਼ਾਇਰੀ ਨਾਲ ਇਸ਼ਕ ਔਰ ਗੀਤ ਨਾਲ ਇਸ਼ਕ ਉਹਦੀ ਵਜ੍ਹਾ ਤੋਂ ਹੋਇਆ ਜੀ ਉਹ ਸਿੰਗਰ ਦੀ ਵਜ੍ਹਾ ਤੋਂ ਅੱਛਾ ਜੀ ਉਹ ਕਿਹੜਾ ਦੌੜਾ ਸੀ ਜਿਹੜਾ ਤੁਸੀਂ ਪਹਿਲੀ ਵਾਰੀ ਉੱਥੇ ਬੜੇ ਬੜੇ ਗੀਤ ਮੈਂ ਤੁਹਾਨੂੰ ਗੀਤ ਜ਼ਿਆਦਾ ਤਰ੍ਹਾਂ ਹਣ ਉਸ ਲਈ ਜੀ ਅੱਛਾ ਜੀ ਇਹ ਹਾਈ ਨਿੱਗੀ ਵਣਾ ਦੀ ਛਾਂ ਦੁਪਾਰੀ ਲੋੜ ਆਵੇ ਰੁੱਠੀ ਮਨੀ ਸਾ ਤਾਂ ਮਨਾਵਣ ਤੋੜ ਆਵੇ ਬੜਾ ਹਿੱਟ ਹੋਇਆ ਉਸ ਤੋਂ ਬਾਅਦ ਜਨਾਬ ਬਾਗਾਂ ਵਿੱਚ ਖਿੜਿਆ ਮੋਤੀਆ ਸੋਹਣੀ ਮੋਤੀਏ ਦੀ ਖਸ਼ਬੋ ਪਾਬੰਦੀਆਂ ਨਿਤ ਨਹੀਂ ਰਾਣੀਆਂ ਇਹ ਬੜਾ ਹਿੱਟ ਹੋਇਆ ਮੇਰੀ ਆਵਾਮੀ ਲੈਵਲ ਤੇ ਨਾ ਉਸ ਦਾ ਏਰੀਆ ਜਿਹੜਾ ਇਹਨੂੰ ਉੱਥੋਂ ਤੱਕ ਉਹਦਾ ਕੇਸਟ ਕੇਸਟ ਦੌਰ ਆਈ ਨਾ ਜੀ ਔਰ ਰੀਲ ਜਲਦੀ ਆਉਂਦੀ ਆਈ ਜੀ ਬਿਲਕੁਲ ਹੁਣ ਤਾਂ ਉਹਨਾਂ ਰੀਲਾਂ ਦੀਆਂ ਵਾਣ ਬਣਦਾ ਮੰਜੀਆਂ ਦਾ ਖਤਮ ਹੋ ਗਿਆ ਰਿਵਾਜ